यो आकाशवाणी जम्मू है मोहम्मद अकरम चौधरी से खबर सुनो मुल्क मां पिछला चौबीस घंटा के दौरान कोविड उन्नी का तीन हज़ार पांच सौ पी नव मामला सामने आया है जिन कोविड उन्नीस मामलों की तैद चौहत्तर हज़ार दो सौ का हो गई है तो दो हज़ार दो सौ तिरानवे की मौत वाका हो गई है इस सिलसिले में बल हुआ मरीजा की शर्रा बत्ती अशारी बसी फीसद हो गई है जिला रियासी ते दो नवा मामला सामने आया है जिन कोविड उन्नीस मामलों की तादाद नौ सौ छत्ती हो गई है तकरीबन नड़िनवे हज़ार लोगों ताड़ रखे गयो है जम्मू कश्मीर का रिहायशियाँ की घर वापसी की मुहिम जारी है तकरीबन चौदह हज़ार लोगों न खसूसी रेल तपरवाजा के जरिए जम्मू कश्मीर पहुँचाय है वंदे भारत मुहिम के तहत छे दिन माह अठ हज़ार पौ भारती वापस आ गए हैं नौ सौ भारतीय ना पांच परवाज़ा माह आज वापस लियाओ जा रहे हो खबर की तफसील नाल पहला जावेद चौधरी ਮੁਲਕ ਮਾ ਪਿਛਲਾ 24 ਘੰਟਾ ਦਰਮਿਆਨ ਨੋਵਲ ਕਰੋਨਾ ਵਾਇਰਸ ਘਾਤ ਤਰੇ 352 ਨਵਾਂ ਮੁਸਬਤ ਮਾਮਲਾ ਸਾਹਮਣੇ ਆਏ ਅਤੇ ਉਨ ਇਸ ਸਿਲਸਲੇ ਮਾ ਕਰੋਨਾ ਵਾਇਰਸ ਮਾਮਲਾ ਕੀ ਕੁੱਲ ਤਦਾਦ 74200 ਕਾਸੀ ਹੋ ਗਈ ਹੈ ਸਿਹਤ ਖਾਨਦਾਨੀ ਬਿਹ부 ਵਿਜ਼ਾਰਤ ਨੇ ਕਿਹਾ ਹੈ ਜੇ 1.24386 ਮਰੀਜ਼ ਬਲ ਹੁਏ ਹੈ ਤੇ ਇਸ سلسلے ਮਾ ਠੀਕ ਹੋਣਾਂ ਲੰਗੀ ਸ਼ਰਾ 32.8% ਹੋ ਗਈ ਹੈ ਪਿਛਲੇ 24 ਘੰਟਿਆਂ ਦੇ ਦੌਰਾਨ ਮੁਲਕ ਮਾ ਕਰੋਨਾ ਦੀ وجہ ਤੇ 120 ਅਫਰਾਦ ਦੀ ਮੌਤ ਵੀ ਹੋ ਗਈ ਹੈ ਤੇ ਉਨਕੋ ਮੀ ਸਤਾ ਵਰ ਮਰਨ ਲੰਗੀ કુલ ਤਦਾਦ 2415 ਹੋ ਗਈ ਹੈ ਭਾਰਤੀ ਕਾਉਂਸਲ ਬਰਾਇਤੀ ਵੀ ਤਹਿਕੀਕ ICMR ਨੇ ਕਿਹਾ ਜੇ ਮੁਲਕ ਮਾ ਸਰਕਾਰੀ ਤੇ ਨਜੀ ਲੈਬੈਟਰੀਆਂ ਦੇ ਜ਼ਰੀਏ ਕੋਵਿਡ-19 ਦਾ કુલ 17,650 ਨਾਸੀ ਨਮੂਨਾ ਕੀਆ ਗਿਆ ਹੈ ਅੱਜ ਜ਼ਿਲ੍ਹਾ ਰਿਆਸੀ ਮਾ ਕੋਵਿਡ-19 ਦਾ ਦੋ ਨਵਾਂ ਮੌਸਬਤ ਮਾਮਲਾ ਸਾਹਮਣੇ ਆਏ ਹਨ ਤੇ ਉਨ ਜੰਮੂ ਕਸ਼ਮੀਰ ਮਾ ਕੋਵਿਡ-19 ਦਾ કુલ 960 ਤਸਦੀਕਸ਼ੁਦਾ ਮਾਮਲਾ ਹੋ ਗਏ ਹਨ ਇਨ 960 ਮੌਸਬਤ ਮਾਮਲਾ ਵਿੱਚੋਂ 471 ਸਰਗਰਮ ਮੌਸਬਤ ਮਾਮਲਾ ਹੈ ਜਦ ਕਿ 455 ਮਰੀਜ਼ ਬਲ ਵੀ ਹੋਏ ਹਨ ਜ਼ਿਲ੍ਹਾ ਰਿਆਸੀ ਦਾ ਦੋ ਮਾਮਲਾਾਂ ਮਾਂ ਇੱਕ ਅਫਰਾਦ ਮਿਊਨਿਸਪਲ ਕਮੇਟੀ ਕੋ ਮੁਲਾਜ਼ਮ ਅਤੇ ਦੂਜੋ ਪਹਿਲਾਂ ਹੀ ਇੰਤਜ਼ਾਮੀਆ ਕਰੈਂਟੀਨਾ ਮਾਂ ਰੱਖਿਓ ਗਿਓ ਹੈ ਉਨ ਤੋਂੜੀ ਇਸ ਬੱਬਾ ਦੀ ਵਜ੍ਹਾ ਤੇ 10 ਅਫਰਾਦ ਦੀ ਵਫਾਤ ਵੀ ਹੋ ਚੁਕੀ ਹੈ ਇਸ ਸਿਲਸਲੇ ਮਾਂ ਨੜੀਨੂਆ ਹਜ਼ਾਰ ਲੋਕਾਂ ਨਾ ਤਾੜ ਮਾਂ ਰੱਖਿਓ ਗਿਓ ਹੈ ਇੱਕ ਅਡਵਾਈਜ਼ਰੀ ਮਾਂ ਸਰਕਾਰ ਨੇ ਕਿਹਾ ਹੈ ਜੇ ਕੋਵਿਡ-19 ਦਾ ਫੈਲਾਅ ਨਾ ਰੋਕਣ ਵਾਸਤੇ ਪਹਿਲਾ ਹੀ ਐਸਾ ਇੱਕਦਮ ਚਾਲਿਆ ਥਾ ਜਿਸ ਨਾਲ ਲੋਕਾਂ اور ਉਨ੍ਹਾਂ ਕੁੰਬਾ ਨਾ ਬਚਾਇਆ ਜਾ ਸਕੇ ਸਰਕਾਰ ਨੇ ਇਸ سلسلے ਮਾਂ ਪਹਿਲਾ ਹੀ ਇਸ ਵਾਇਰਸ ਦੀ ਅਲਮਤਾਂ ਤਾਪ ਖੰਗ ਸਾਲੈਨ ਮਾਂ ਦਿੱਕਤ ਵਗੈਰਾ ਨਾ ਲੋਕਾਂ ਮਾਂ ਆਮ ਕਰ ਦਿੱਤੋ ਥੋ ਲੋਕਾਂ ਨਾ ਸਲਾਹ ਦਿੱਤੀ ਗਈ ਹੈ ਜਿਵੇਂ ਆਵਾਮੀ ਜਗ੍ਹਾਵਰ ਫੇਸ ਮਾਸਕ ਕੋ ਇਸਤੇਮਾਲ ਕਰੇ ਤਾਂ ਕਿਸੇ ਵੀ ਅਫਵਾਹ ਵਰ ਯਕੀਨ ਨਾ ਕਰੇ ਬਲਕੇ ਸਰਕਾਰ ਕੀ ਤਰਫੋਂ ਦਿੱਤੀ ਜਾ ਰਹੀ ਜਾਣਕਾਰੀ ਨਾ ਹੀ ਅਸਲ ਸਮਝੇ ਦਿੱਲੀ ਤੇ ਇੱਕ ਖਸੂਸੀ ਰੇਲਗੱਡੀ ਸ਼੍ਰਾਮਿਕ ਜੰਮੂ ਕਸ਼ਮੀਰ ਦਾ 1200 ਫਸਿਆਵਾ ਮੁਸਾਫਰਾ ਨੂੰ ਲੈ ਗਿਆ ਅੱਜ ਸਰਗੀ ਵਿਲਾ ਉਦੰਪੁਰ ਪੁੱਜੀ ਆਨਾਲਾ ਤਮਾਮ ਮੁਸਾਫਰਾ ਨੂੰ ਉਹਨਾਂ ਦਾ ਆਪਣਾ ਆਪਣਾ ਜ਼ਿਲ੍ਹਾ ਮਕ ਰਵਾਨਾ ਕਰਨ ਤੋਂ ਪਹਿਲਾਂ ਬਾਹ ਹਿਫਾਜ਼ਤ ਲਾਜ਼ਮੀ ਕਰੰਟੀਨ ਮਰਖਿਓ ਜਾ ਰਿਓ ਹੈ ਇਸੇ ਦੌਰਾਨ 169 ਤਾਲਿਬੇ ਇਲਮਾਂ ਨਾ ਜਿਹੜਾ ਜੇ ਲਾਕਡਾਊਨ ਦੀ ਵਜ੍ਹਾ ਤੇ ਬੰਗਲਾਦੇਸ਼ ਮਾ ਫਸਿਆਵਾ ਥਾ ਅੱਜ ਸਿਰਨਗਰ ਪੁੱਜ ਗਏ ਆ ਬੰਗਲਾਦੇਸ਼ ਤੋਂ ਜੰਮੂ ਕਸ਼ਮੀਰ ਦਾ ਫਸਿਆ ਹੋਇਆ ਤਾਲਬੇ ਇਲਮਾ ਨਾ ਵਾਪਸ ਲਿਆਣ ਗਈ ਆ ਤਰੀ ਪਰਵਾਜ਼ ਹੈ ਇਨ तमाम ਤਾਲਬੇ ਇਲਮਾ ਨਾ ਕੋਵਿਡ-19 ਟੈਸਟਾਂ ਦਾ ਨਮੂਨਾ ਟੋਰਿਆ ਗਿਆ ਹੈ ਔਰ ਇਨ ਦੀ ਜਾਂਚ ਕੀਤੀ ਜਾ ਰਹੀ ਹੈ ਵਾਪਸ ਆਨ ਅਲਾ तमाम ਲੋਕਾਂ ਨਾ ਇੰਤਜ਼ਾਮੀਆ ਕਰੰਟੀਨਾ ਮਾ ਟੋਰ ਦਿੱਤੋ ਗਿਓ ਹੈ ਸਰਕਾਰ ਸਿਰਨਗਰ ਪੁੱਜਿਆ तमाम ਮੁਸਾਫਰਾਂ ਨੇ ਇਸ ਮਦਦ ਦਾ ਬੰਦੋਬਸਤ ਔਰ ਉਹਨਾਂ ਨਾ ਸਿਰਨਗਰ ਵਾਪਸ ਲਿਆਣ ਵਾਸਤੇ ਭਾਰਤ ਦਾ ਹਾਈ ਕਮਿਸ਼ਨ ਕੋ ਸ਼ੁਕਰੀਆ ਦਾ ਕੀਓ ਹੈ ਜੰਮੂ ਕਸ਼ਮੀਰ ਸਰਕਾਰ ਨੇ ਮੋਲਕ ਦਾ ਦੂਜਾ ਹਿੱਸਾ ਮਾ ਫਸੇਵਾਂ ਲੋਕਾਂ ਵਾਸਤੇ ਇੱਕ ਵੈਬ ਪੋਰਟਲ ਯਾਨੀ jkmonitoring.nic.in ਦੀ ਸ਼ੁਰੂਆਤ ਕੀਤੀ ਹੈ ਪੋਰਟਲ jktpo.in ਜਿਨ੍ਹਾਂ ਲੋਕਾਂ ਨੇ ਆਪਣਾ ਆਪ ਨਾ ਇਸ ਪੋਰਟਲ ਵਰ ਦਰਜ ਕਰਾਇਆ ਹੋਇਆ ਹੈ ਉਹਨਾਂ ਨਾ ਹਰ ਕਿਸਮ ਦੀ ਤਾਜ਼ਾ ਜਾਣਕਾਰੀ ਦਿੱਤੀ ਜਾ ਰਹੀ ਹੈ ਦਰਜ ਕੀਆ ਗਿਆ ਲੋਕਾਂ ਨਾ ਉਨकी ਅਰਜ਼ੀ ਦਾਖਲ ਕਰਨੇ ਕੇ ਨਾਲ-ਨਾਲ ਉਹਨਾਂ ਨਾ ਉਨਕੀ ਅਰਜ਼ੀ ਬਾਰੇ ਵੀ ਪੋਰਟਲ ਵਰ ਜਾਣਕਾਰੀ ਲਗਾਤਾਰ ਦਿੱਤੀ ਜਾ ਰਹੀ ਹੈ ਸਰਕਾਰ ਨੇ ਇਨਾਂ ਲੋਕਾਂ ਕੀ ਮਦਦ ਵਾਸਤੇ 24 ਘੰਟਾ ਕੰਮ ਕਰਨ ਵਾਲੀ ਹੈਲਪਲਾਈਨ ਕਾਇਮ ਕੀਤੀ ਹੈ ਜਿਸ ਕੋ ਨੰਬਰ ਇਸ ਤਰ੍ਹਾਂ ਹੈ 01912468988 ਕਰਨਾਟਕਾ ਤੇ ਗੋਆ ਤੇ ਇਨਾ ਲੋਕਾਂ ਦੀ ਵਾਪਸੀ ਵਾਸਤੇ ਇੱਕ ਇੱਕ ਰੇਲ ਗੱਡੀ ਆਨ ਗੋਕਮ ਸ਼ੁਰੂ ਹੋ ਗਈ ਹੈ ਤੇ ਇੱਕ ਹੋਰ ਖਸੂਸੀ ਰੇਲ ਸ਼੍ਰਾਮਿਕ ਦਿੱਲੀ ਤੇ ਅੱਜ ਸਵੇਰੇ ਜੰਮੂ ਪੁੱਜ ਗਈ ਹੈ ਮਰਕਜ਼ੀਏ ਇੰਤਜ਼ਾਮ ਅਲੇ ਇਲਾਕਾ ਜੰਮੂ ਕਸ਼ਮੀਰ ਮਾ ਬਲਨੇ ਬਲਨੇ ਮਾਮੂਲ ਗਾ ਹਾਲਾਤ ਵਾਪਸ ਆ ਰਿਆ ਹੈ ਤੇ ਇਸ ਤਰ੍ਹਾਂ ਸੰਤਾਨਾ ਤੇ ਦੂਜਾ ਰੋਜ਼ਗਾਰ ਪੈਦਾ ਕਰਨ ਅਲੇ ਯੂਨਿਟਾਂ ਮਾ ਦੁਬਾਰਾ ਕੰਮਕਾਜ ਸ਼ੁਰੂ ਹੋ ਰਿਹਾ ਹੈ ਇਸ ਵੇਲੇ 66000 ਕਾਰਕੁਨ ਸੰਤੀ ਯੂਨਿਟਾਂ ਤੇ ਜੰਮੂ ਕਸ਼ਮੀਰ ਗਾ ਇੰ ਇੰਟ ਬਣਾਣ ala ਪੱਠਾ ਵਰ ਮਸਰੂਫ ਹੈ ਸਨਤੋ ਤਜਾਰਤ ਬਾਰੇ ਕਮਿਸ਼ਨਰ ਸੈਕਟਰੀ ਮਨੋਜ ਕੁਮਾਰ ਦਵੇਦੀ ਨੇ ਕਿਹਾ ਜੇ ਇੰਤਜ਼ਾਮੀਆ ਲਾਕਡਾਊਨ ਦੀ ਅਗਲੀ ਸਟਾਫ ਮਾ ਦਾਖਲ ਹੋਣਗੀ ਤਿਆਰੀ ਕਰ ਰਹੀ ਹੈ ਕਾਬਲੇ ਜ਼ਿਕਰ ਹੈ ਜੇ ਇਸ ਵਿਲੇ 4802 ਸਨਤੀ ਯੂਨਿਟ ਜੰਮੂ ਕਸ਼ਮੀਰ ਮੇ ਕੰਮ ਕਰ ਰਿਹਾ ਹੈ ਤੇ ਇਨ ਮਾ ਦਰਮਿਆਨਾ ਤੇ ਨਿਕਾਦਰਜਾ ਕਾ ਸਨਤੀ ਯੂਨਿਟ ਵੀ ਸ਼ਾਮਲੇ ਵਾਜ਼ਿਰ ਹੈ ਜੇ 4200 ਸਨਤੀ ਯੂਨਟਾਂ માં 2227 ਜਮੂ ਡਿਵੀਜ਼ਨ ਦਾ ਜਦ ਕਿ 2075 ਯੂਨਿਟ ਕਸ਼ਮੀਰ ਡਿਵੀਜ਼ਨ ਦਾ ਸ਼ਾਮਲੇ ਇਸ ਤੋਂ ਇਲਾਵਾ ਦਵਾਈਆਂ ਨਾਲ ਮੁنسਲੀਕ ਯੂਨਟਾਂ ਨੂੰ ਵੀ ਇਜਾਜ਼ਤ ਦਿੱਤੀ ਗਈ ਹੈ ਜੇ ਵੀ ਆਪਣਾ ਕੰਮ ਕਾ ਸ਼ੁਰੂ ਕਰੇ ਤਾਂ ਇਸ ਗੱਲ ਨੂੰ ਯਕੀਨੀ ਬਣਾਵੇ ਜੇ ਬਾਜ਼ਾਰਾ માં ਜਾਨ ਬਚਾਨ ਵਾਲੀ ਦਵਾਈਆਂ ਦੀ ਕਮੀ ਨਹੀਂ ਰਹਿ ਜਾਂ ਗੱਲ ਕਰਨ ਵਾਲੀ ਹੈ ਜੇ तमाम ਸਨਤੀ ਯੂਨਿਟ احتیاطی ਜ਼ਾਬਤਾ ਤੇ لازمی تدابیرਾਂ ਦੇ ਮੁਤਾਬਕ ਚੱਲ ਰਿਹਾ ਹੈ ਇਹ ਖਬਰ ਤੁਮ ਆਕਾਸ਼ਵਾਨੀ ਜੰਮੂ ਤੋਂ ਸੁਣ ਰਿਹਾ ਹੈ ਮਜ਼ੀਦ ਖਬਰਾਂ ਨਾਲ ਮੁਹੰਮਦ ਅਕਰਮ ਚੋਦਰੀ ਵੰਦੇ ਭਾਰਤ ਮੋਹਿਮ ਗਿਆ ਸਤਵੇਂ ਰੋਜ਼ ਅੱਜ ਗulf ਮੁਲਕਾਂ ਤੇ ਪੰਜ ਪਰਵਾਜ਼ਾਂ ਦੇ ਜ਼ਰੀਏ 900 ਪਰੇਸ਼ਾਨ ਭਾਰਤੀਆਂ ਨੂੰ ਮੁਲਕ ਵਾਪਸ ਲਿਆਇਆ ਜਾ ਰਿਹਾ ਹੈ ਇਨ ਵਿੱਚੋਂ 2000 ਪ੍ਰਵਾਸ ਦੋ ਪ੍ਰਵਾਸ ਦੁਬਈ ਤੈਂ ਇੱਕ ਦਿੱਲੀ ਤੈਂ ਇੱਕ ਅੰਮ੍ਰਿਤਸਰ ਵਾਸਤੇ ਹੈ ਕੁਵਿਤ ਤੇ ਦੋ ਪ੍ਰਵਾਸ ਅਹਮਦਾਬਾਦ ਤੈਂ ਕੋਜ਼ੀਕੋਡ ਵਾਸਤੇ ਹੈ ਜਿੰਮਾ ਕੁੱਲ 330 ਲੋਕ ਵੇਂਗਾ ਜੱਦਾ ਤੇ ਕਲਕੱਟ ਵਾਸਤੇ ਪ੍ਰਵਾਸ માં 149 ਲੋਕ ਹੈ ਤੇ ਇੱਕ ਹੋਰ ਪ੍ਰਵਾਸ ਕੱਲ ਦਿੱਲੀ ਆਵੇਗੀ ਜਿਹੜੀ ਅੱਜ ਆਪਰੇਸ਼ਨਲ ਵਜੂਹਾਂਤ ਕੀ ਬਿਨਾ ਵੇਰ ਜਿਸ ਨਾ ਕੱਲ ਵਾਸਤਾ ਹੈ ਅਸਰੇ ਨੂੰ ਤਕਤੀਬ ਦਿੱਤੀ ਗਈ ਹੈ ਪਰੇਸ਼ਾਨ ਮਜ਼ਦੂਰਾਂ ਬਜ਼ੁਰਗ ਲੋਕਾਂ ਜ਼ਰੂਰੀ ਤੇ ਵੀ ਮਾਮਲਾ ਹਾਮਿਲਾ ਕਾਲਸਰੀਆਂ ਤੇ ਦੂਜਾ ਫਸਿਆ ਹੋਏ ਲੋਕਾਂ ਨਾ ਤਰਜੀਹ ਦਿੱਤੀ ਗਈ ਹੈ सिर्फ़ अलामात बगैर पाया गया लोगों ना ही इन परवाज़ा में दाखिल होने की इजाज़त वेगी कुल अठ हज़ार त्रै भारतीय लोगों ना एयर इंडिया एयर इंडिया एक्सप्रेस के जरिए चलाई जा रही तरताली जहर तवील मा वंदे भारत मुहिम तहत रोज मा वापस भारत ले गया है ਜ਼ਿਲ੍ਹਾ ਕਠੂਆ ਮਾ ਕਰੇਲੂ ਔਰਤਾਂ ਨਾ ਪ੍ਰਧਾਨ ਮੰਤਰੀ ਜਨਨ ਯੋਜਨਾ ਦੇ ਤਹਿਤ ਦਿੱਤਾ ਗਿਆ 500 ਰੁਪਏ ਨਾਲ ਬੜੀ ਰਾਹਤ ਮਿਲੀ ਹੈ ਮੁਸਤਫਿਦਾ ਨੇ ਕੇਂਦਰੀ ਸਰਕਾਰ ਕੋ ਵਕਤ ਵਰ ਮਦਦ ਵਾਸਤੇ ਸ਼ੁਕਰਗੁਜ਼ਾਰੀ ਦਾ ਕੀਤਾ ਹੈ ਪੁਨਛਮਾ ਜ਼ਿਲ੍ਹਾ ਇੰਤਜ਼ਾਮੀਆਂ ਨੇ 2,84,000 ਗਰੀਬੀ ਦੀ ਸੱਤਾ ਤੇ ਥੱਲੇ ਰਹਿ ਰਿਹਾ ਲੋਕਾਂ ਤੇ ਇਹ ਆਈ ਮੁਸਤਫਿਦਾ ਨਾ 3,20,000 ਮੁਫਤ ਮਾਸਕ ਦਿੱਤਾ ਹੈ ਦੂਜਾ ਲੋਕਾਂ ਨਾ ਵੀ ਆਂਦਾ ਦਿਨਾਂ ਮਾ ਮਾਸਕ ਦਿੱਤਾ ਜਾਏਗਾ ਵਜ਼ੀਰ ਆਜ਼ਮ ਨਰਿੰਦਰ ਮੋਦੀ ਨੇ ਕਿਹਾ ਜੇ ਲਾਕਡਾਊਨ ਗੋ ਚੌਥੋ ਮਰਹਲੋ ਪਿਛਲਾ ਮਰਹਲਾ ਗੇ ਮੁਕਾਬਲੇ ਲਾਇਦਾ ਵੈਗੋ ਇਸ ਮਰਹਲਾ ਮਾ ਕੁਝ ਨਰਮੀ ਵੀ ਵੈਗੀ ਵਜ਼ੀਰ ਆਜ਼ਮ ਨਰਿੰਦਰ ਮੋਦੀ ਨੇ ਗੁਜ਼ਸ਼ਤਾ ਸ਼ਾਮ ਕੋਮ ਨਾਲ ਖਿਤਾਬ ਕਰਤਾ ਵਾ ਲੋਕਾਂ ਵਾਸਤੇ 20 ਲੱਖ ਰੁਪਈਆ ਗਾ ਇਸ ਇਕਤਸਾਦੀ ਪੈਕੇਜ ਗੋ ਐਲਾਨ ਕੀਓ ਜਨਾ ਮੋਦੀ ਨੇ ਲਾਕਡਾਊਨ ਮਾ ਬਾਦਾ ਗੀ ਖਾਤਰ ਇੱਕ ਵਸੀ ਸੋਚ ਨਾਲ ਰਿਆਸਤੀ ਸਰਕਾਰਾਂ ਤੇ ਵਜ਼ਰੇ ਆਲਾ ਨਾ ਗਲਬਾਤ ਕੀ ਤਕਿਓ ਜੇ ਮੁਲਕ ਲਾਕਡਾਊਨ ਮਾ ਨਰਮੀ ਤੇ ਇਸ سلسلہ ਮਾ ਆਪਣੇ ਸਲਾਹ مشورو ਸਾਂਝੋ ਕਰੇ ਉਹਨਾਂ ਨੇ ਲਾਕਡਾਊਨ ਵਸੀ ਮਾ ਨਰਮੀਆਂ ਵਰ ਬੋਲਤਾ ਵਾ ਕਿਉ ਜੇ ਲਾਕਡਾਊਨ ਗੋ ਚੌਥੋ ਮਰਹਲੋ ਬਿਲਕੁਲ ਨਵਾ ਕਵਾਇਦ ਨਾਲ ਵੈਗੋ ਜਨਾਬ ਮੋਦੀ ਨੇ ਕਿਉ ਜੇ ਇਸ سلسلہ ਮਾ ਨਵਾ ਕਵਾਇਦ ਰਿਆਸਤਾਂ ਦੀ ਤਰਫੋਂ ਤਜਵੀਜ਼ ਕੀ ਬੁਨਿਆਦ ਵਰ ਬਣਾਇਆ ਜਾਏਗਾ ਔਰ ਲੋਕਾਂ ਨਾ 18 ਮਈ ਤੇ ਪਹਿਲਾਂ ਪਹਿਲਾਂ ਇਸ ਗੈ ਮੁਤਲਕ ਜਾਣਕਾਰੀ ਵੀ ਦਿੱਤੀ ਜਾਏਗੀ ਸੈਂਟਰਲ ਕਸ਼ਮੀਰ ਦਾ ਜ਼ਿਲ੍ਹਾ ਬਡਗਾਮ ਦਾ कवासु मकाम पर आज एक आम शहरी की मौत उस वक्त हो गई सीआरपीएफ का एक जवान ने श्रीनगर गुलमर्ग रोड पर उस पर फायरिंग की इस शहरी की पहचान ग्राम बेरवा महराजुद्दीन का नाम पर हुई जड़ो इस वक्त अपनी गड्डी चला रहे हो थो तहाँ पुलिस ने दस्यो है जे सीआरपीएफ जवान ने शहरी पर उस वक्त फायरिंग की ज शहरी ने दो नाकाना तोड़्य थो इस ना हस्पताल एस एम एच एस हस्पताल मां तश्वीसनाक हालत मां मुंतकिल हो गय जित उसकी मौत हो गई आलमी सतह पर कोविड उन्नी के चलतें सीबीआई ने कौमी सतह पर ख़बरदार की हो जो भी शख्स नशीली मन्शियात को कारोबार माहि सो ले बाजरें सीबीआई ने इस सिलसिले में तमाम रियासता मरकज जेर इंतजाम इलाक सेंट्रल एजेंसिया ने चौकस रैन की सलाह दी है सीबीआई ने अपना एक बयान माक्य है ज कोविड उन्नीस के दौरान नशीली मन्शियात की खरीदो फरोख्त आला पर खास ध्यान रख क्यों जो इस बेलै वे मौका को फायदो चा सकें ਇਸਕੇ ਨਾਲ ਹੀ ਗੋਜਰੀਮਾ ਖਬਰਾਂ ਵਿੱਚ ਮਾਰੋ ਮੁੱਕ ਗਿਆ